ਗੰਨੇ ਦਾ ਰਸ ਤੇ ਸਾਰੇ ਪੀਂਦੇ ਆ, ਅੱਜ ਤੁਹਾਨੂੰ ਪਿਲਾਵਾਂਗੇ ਆਪਾਂ ਫਲੇਵਰਡ ਗੰਨੇ ਦਾ ਰਸ। ਦੇਖੋ ਕਿੰਨੇ ਫਲੇਵਰ ਆ, ਐਪਲ ਕੇਨ, ਕੌਫੀ ਕੇਨ, ਬਨੈਨਾ ਕੇਨ, ਸਟ੍ਰੋਬਰੀ ਕੇਨ, ਸਾਰੇ ਤਰ੍ਹਾਂ ਦੇ ਫਲੇਵਰ ਆ। ਜਾ ਕੇ ਪੁੱਛਦੇ ਹਾਂ ਕਿੰਨੇ ਫਲੇਵਰ ਨੇ ਅਤੇ ਕਿਸ ਤਰ੍ਹਾਂ ਤਿਆਰ ਕਰਦੇ ਨੇ। ਕਸਟਮਰਾਂ ਦਾ ਰਸ਼ ਵੀ ਲੱਗਾ ਹੋਇਆ, ਵੇਟ ਕਰ ਰਹੇ ਨੇ ਆ, ਤਿਆਰੀ ਚੱਲ ਰਹੀ ਹੈ, ਕੰਮ ਸ਼ੁਰੂ ਹੋ ਰਿਹਾ ਹੈ। ਹਾਂਜੀ ਭਾਅ ਜੀ, ਕੀ ਹਾਲ ਚਾਲ ਹੈ? ਵਧੀਆ ਜੀ, ਵਧੀਆ। ਆ ਕੀ ਤਿਆਰ ਕਰ ਰਹੇ ਹੋ? ਇਹ ਫਲੇਵਰਡ ਗੰਨੇ ਦਾ ਰਸ। ਫਲੇਵਰਡ ਗੰਨੇ ਦਾ ਰਸ, ਇਹ ਫਲੇਵਰ ਮਤਲਬ ਕੀ ਚੱਕਰ ਆ? ਮੈਂ ਜਿਹੜਾ ਗੰਨੇ ਦਾ ਰਸ ਤੇ ਬਹੁਤ ਸੁਣਿਆ, ਫਲੇਵਰਡ ਪਹਿਲੀ ਵਾਰੀ ਦੇਖ ਰਿਹਾ ਵਾਂ। ਫਲੇਵਰਡ ਐਚ ਫਰੂਟ ਤੇ ਕ੍ਰਸ਼ ਐਡ ਹੁੰਦਾ। ਅੱਛਾ ਜੀ। ਤੇ 16 ਤੋਂ 17 ਦਾ ਫਲੇਵਰ ਆ। 17 ਤਰ੍ਹਾਂ ਦੇ ਫਲੇਵਰ ਤੁਸੀਂ ਇੱਥੇ ਬਣਾ ਰਹੇ ਹੋ? ਹਾਂਜੀ ਹਾਂਜੀ, ਠੀਕ ਹੈ। ਇਹ ਬਿਲਕੁਲ ਜਿੱਦਾਂ ਬੜੇ ਸਾਫ ਸੁਥਰੇ ਤੁਸੀਂ ਗੰਨੇ ਰੱਖੇ ਆ, ਮਸ਼ੀਨ ਵੀ ਤੁਹਾਡੀ ਬਹੁਤ ਵਧੀਆ। ਇਹ ਬਿਜਲੀ ਨਾਲ ਚੱਲਦੀ ਹੈ ਮਸ਼ੀਨ? ਹਾਂਜੀ ਹਾਂਜੀ। ਰੇਟ ਕਿੰਨੇ ਤੋਂ ਸ਼ੁਰੂ ਹੋ ਰਿਹਾ ਹੈ? ਰੇਟ 20 ਰੁਪਏ ਤੋਂ। 20 ਰੁਪਏ ਤੋਂ ਤੁਸੀਂ ਗੰਨੇ ਦਾ ਰਸ, ਸਾਫ ਸੁਥਰੀ ਮਸ਼ੀਨ ਤੇ ਸਾਫ ਸੁਥਰੇ ਜਿਹੜੇ ਗੰਨੇ ਆ ਉਹ ਧੋ ਕੇ ਪਿਲਾ ਰਹੇ ਹੋ, ਬਹੁਤ ਵਧੀਆ ਜੀ। ਅੱਛਾ, ਮਸ਼ੀਨ ਦੇ ਵਿੱਚ ਇਧਰੋਂ ਗੰਨਾ ਪਾਇਆ ਤੇ ਜੂਸ ਥੱਲੇ ਉਹਦੀ ਬਾਹਰ। ਹਾਂਜੀ ਹਾਂਜੀ। ਲਓ ਜੀ, ਇੱਥੇ ਕਸਟਮਰ ਵੀ ਆਏ ਹੋਏ ਨੇ, ਉਹਨਾਂ ਨਾਲ ਕਰਦੇ ਆ ਗੱਲਬਾਤ। ਹਾਂਜੀ ਭਾਜੀ, ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਭਾਜੀ, ਮੈਨੂੰ ਇਦਾਂ ਲੱਗਦਾ ਵੀ ਸਿੱਧੂ ਮੂਸੇਵਾਲਾ ਖੜਾ ਹੋਇਆ, ਕੀ ਤੁਹਾਨੂੰ ਹੋਰ ਵੀ ਕਿਸੇ ਨੇ ਕਦੀ ਕਿਹਾ ਹੈ? ਹਾਂਜੀ ਹਾਂਜੀ ਬਾਈ ਜੀ, ਮੈਂ ਸ਼ੋਅ ਲਾਉਂਦਾ ਬਾਈ ਦੇ। ਅੱਛਾ ਹਾਂਜੀ, ਮੈਂ 2017 ਤੋਂ ਸ਼ੋਅ ਲਾ ਰਿਹਾ ਬਾਈ ਦੇ। ਆਈਡੀ ਮੇਰੀ ਇੰਸਟਾਗ੍ਰਾਮ ਤੇ ਹੈਗੀ ਸਿੱਧੂ295। ਤੇ ਅੱਜ ਗੰਨੇ ਦਾ ਰਸ ਪੀਣ ਆਏ ਹੋ? ਹਾਂਜੀ ਹਾਂਜੀ, ਮੈਨੂੰ ਬਾਈ ਪਤਾ ਲੱਗਾ ਕਿ ਨਾ ਇੱਥੇ ਫਲੇਵਰਡ ਗੰਨੇ ਦਾ ਰਸ ਮਿਲਦਾ। ਕਿਹੜਾ ਫਲੇਵਰ ਪੀਓਗੇ ਹੁਣ, ਕੌਫੀ ਵਾਲਾ ਕਿ ਮੈਂਗੋ ਵਾਲਾ, ਕਿਹੜਾ ਪੀਓਗੇ? ਆਪਾਂ ਜੀ ਅੰਬ ਦਾ ਪੀਣਾ ਜੀ, ਮੈਂਗੋ ਮੈਂਗੋ। ਚਲੋ ਠੀਕ ਆ ਜੀ। ਇਹ ਹੁਣ ਕੀ ਪਾ ਰਹੇ ਹੋ ਜੀ? ਇਹ ਭਾਜੀ ਆਮ ਪੰਨਾ ਕ੍ਰਸ਼ ਆ। ਅੱਛਾ, ਕ੍ਰਸ਼ ਆ ਆਮ ਪੰਨਾ ਦਾ। ਇਹਦੇ ਨਾਲ ਜਿਹੜਾ ਫਲੇਵਰ ਆ ਉਹ ਜਿਹੜਾ ਉਹ ਆਮ ਪੰਨਾ ਜਿਹੜਾ ਫਲੇਵਰ ਤਿਆਰ ਹੋ ਜਾਏਗਾ। ਹਾਂਜੀ ਹਾਂਜੀ, ਠੀਕ ਆ ਜੀ, ਬਿਲਕੁਲ ਨੈਚੁਰਲ ਹੈ। ਅੱਛਾ, ਨੈਚੁਰਲ ਫਲੇਵਰ ਹੈ? ਹਾਂਜੀ, ਇਹ ਸਾਡਾ ਆਪਣਾ ਮਸਾਲਾ, ਸੀਕ੍ਰੇਟ ਮਸਾਲਾ। ਹਾਂਜੀ, ਇਹ ਨਿੰਬੂ। ਅੱਛਾ, ਸਾਰੀ ਤਰ੍ਹਾਂ ਦਾ ਜਿਹੜਾ ਮਤਲਬ ਤੁਸੀਂ ਨੈਚੁਰਲ ਜੂਸ ਤਿਆਰ ਕਰ ਰਹੇ ਹੋ? ਹਾਂਜੀ ਹਾਂਜੀ, ਠੀਕ ਆ ਠੀਕ ਆ। ਲਓ ਜੀ, ਹੁਣ ਦਿੱਤਾ ਜਾਏਗਾ ਗੇੜਾ। ਲਓ ਜੀ, ਤਿਆਰ ਆ ਜੀ ਆਮ ਪੰਨਾ ਵਾਲਾ ਗੰਨੇ ਦਾ ਰਸ। ਸਿੱਧੂ ਸਾਹਿਬ, ਚੈੱਕ ਕਰੋ ਜਰਾ, ਪੀ ਕੇ ਦੱਸੋ ਜੀ ਕਿੱਦਾਂ ਦਾ, ਤੇ ਸਾਰਿਆਂ ਨੂੰ ਦੱਸੋ। ਬਹੁਤ ਹੀ ਵਧੀਆ ਜੀ, ਅਲਟੀਮੇਟ ਫਲੇਵਰ ਆ। ਅੱਛਾ, ਗੰਨੇ ਰਸ ਤਾਂ ਹੋਰ ਵੀ ਜ਼ਿਆਦਾ ਪੀਤੇ ਆ, ਪਰ ਆਹ ਪੀ ਕੇ ਤਾਂ ਨਜ਼ਾਰਾ ਹੀ ਵੱਖਰਾ ਆ ਗਿਆ ਜੀ। ਅੱਛਾ ਜੀ, ਹਾਂਜੀ, ਸਾਰਿਆਂ ਨੂੰ ਕੀ ਰਿਕਮੈਂਡ ਕਰੋਗੇ ਇੱਥੇ ਆ ਕੇ ਪੀਣ? ਹਾਂਜੀ ਹਾਂਜੀ, ਮੈਂ ਤਾਂ ਕਹਿੰਦਾ ਸਾਰੇ ਮੇਰੇ ਵੀਰ ਭਰਾ ਜਿੰਨੇ ਵੀ ਆ ਇੱਥੇ ਆ ਕੇ ਆਪਣਾ ਸਾਇੰਸ ਦਾ ਸਕੂਲ ਦੇ ਕੋਲ ਆ ਕੇ ਵਿਜਿਟ ਕਰੋ ਤੁਸੀਂ, ਬਹੁਤ ਹੀ ਵਧੀਆ ਵਾ ਗੰਨਿਆਂ ਰਸ, ਇੱਕ ਵਾਰੀ ਪੀ ਕੇ ਦੇਖੋ, ਖੁਸ਼ ਹੋ ਕੇ ਜਾਓਗੇ ਤੁਸੀਂ। ਤੇ ਮੈਂ 7 ਤਰ੍ਹਾਂ ਦੇ ਫਲੇਵਰ ਹੁਣ ਤੱਕ ਟੇਸਟ ਕਰ ਚੁੱਕਾ ਹਾਂ। ਕਸਟਮਰ ਹੋਰ ਖੜੇ ਨੇ, ਸਿੱਧੂ ਸਾਹਿਬ ਖੜੇ ਨੇ, ਨੰਦਾ ਸਾਹਿਬ ਵੀ ਖੜੇ ਨੇ, ਗੱਲ ਕੀ ਹੈ? ਕੌਫੀ ਫਲੇਵਰ ਆ, ਕੌਫੀ ਤੁਸੀਂ ਇੱਥੇ ਸਾਬਤ ਵੀ ਰੱਖੀ ਹੋਈ ਹੈ? ਇਹ ਪਿਓਰ ਬੀਨਸ ਆ, ਇਹ ਪ੍ਰੋਸੈਸ ਹੁੰਦੀ ਆ ਭਾਜੀ, ਆ ਪ੍ਰੋਸੈਸ ਆ, ਆ ਨਿਕਲਦਾ ਲਿਕੁਇਡ। ਠੀਕ ਆ, ਲਿਕੁਇਡ ਤੋਂ ਬਾਅਦ ਭਾਜੀ ਵਿੱਚ ਪੈਂਦੀ ਹੈ ਇਹਦੇ। ਇੱਕ ਦਿਨ 'ਚ ਦੋ, ਜਦੋਂ ਲੰਘੇ ਦੋ ਫਲੇਵਰ ਪੀ ਕੇ ਜਾਣੇ ਹੁੰਦੇ ਆ। ਠੀਕ ਆ ਜੀ, ਬਹੁਤ ਵਧੀਆ ਭਾਜੀ, ਬਹੁਤ ਵਧੀਆ ਮਿੱਠਾ, ਸੀਸੀਡੀ ਦੇ ਨਾਲ ਜ਼ਿਆਦਾ ਵਧੀਆ ਵਾ, ਤਾਂ ਹੀ ਕਹਿ ਰਿਹਾ ਮੈਂ, ਛੱਡ ਕੇ ਫੀਲ ਲਾ ਪਿਆ ਇਹਨਾਂ ਕੋ ਆ ਕੇ। ਲਓ ਜੀ, ਜਲੰਧਰ ਵਾਲਿਓ, ਜੇ ਤੁਸੀਂ ਵੀ 17 ਤਰ੍ਹਾਂ ਦਾ ਗੰਨੇ ਦਾ ਫਲੇਵਰਡ ਜੂਸ ਪੀਣਾ ਆ ਤੇ ਮਿਸਟਰ ਕਾਰਤਿਕ ਨੰਦਰਾ ਬੇਕਰੀ ਆ ਜੀ ਇਹਨਾਂ ਦੀ, ਆ ਪਟੇਲ ਚੌਂਕ ਵੱਲੋਂ ਰੋਡ ਆ ਰਹੀ ਆ, ਤੁਸੀਂ ਰੋਡ ਦੇ ਉੱਤੇ ਸ਼ਾਪ ਦੇਖੋਗੇ ਇਹਨਾਂ ਦੀ, ਤੁਸੀਂ ਆ ਕੇ ਜਿਹੜੇ ਆ ਫਲੇਵਰਡ ਜਿਹੜੇ ਗੰਨੇ ਦੇ ਰਸ ਆ ਉਹ ਪੀ ਸਕਦੇ ਹੋ।